नीरज सिंह गढ़ा केमिकल्स लिमिटेड तो, और आज मेरे साथ मेरे मित्र हैं मिस्टर संदीप सिंह हर रायपुर से। संदीप जी, आज हम आपसे मिलने आए हैं और अपना मेन मकसद ये है कि जब हम यहाँ पे आए तो हमें पता लगा कि आप एक प्रोग्रेसिव फार्मर हो और आपने एक प्रोडक्ट जो है हाथ में रखा है, इसको आपने काफ़ी यूज किया है। हाँ जी। आपने अपने कणक में यूज किया है। हाँ जी। अच्छा, चोने से भी कर दो? चोने से भी कर दें। तो ये इंट्रोडक्शन मेरा थोड़ा सा हिंदी में था, बाकी पंजाबी में गल करते हैं। तो मैनू दसो तुसीं इहदा चमत्कार का फायदा की है कणक दे विच? कणक दे आए जी, एक तो जो करदे आपां हाइड्रोक दिंदी है जी ये। अच्छा। बाली ते बल्लियां वी खुराक उही बल्लियां नूं जाण लग जांदी है सारी। सारी खुराक बल्ली नूं जाण लग जांदी। अच्छा। हाँ जी, ये बेनीफिट है जी। ये बेनीफिट है। तो ये किता तुसीं कदों है? ये ਬਗੋਲੇ ਤੋਂ ਪਹਿਲਾਂ ਕਰਦੇ ਹਾਂ ਥੋੜਾ ਜਿਹਾ ਜੀ। ਬਗੋਲੇ ਤੋਂ ਪਹਿਲਾਂ ਨੀਅਰ ਅਬਾਊਟ, ਮਤਲਬ ਜਦੋਂ ਆ ਜਦੋਂ ਦੋ ਬੱਲੀਆਂ ਅਸੀਂ ਤੋੜ ਕੇ ਲਈ ਬੈਠੇ, ਜਦੋਂ ਬੱਲੀ ਅੰਦਰ ਰੈਡੀ ਬਣੀ ਹੋਈ ਹੈ ਨੀਅਰ ਅਬਾਊਟ 80 ਦਿਨਾਂ ਦੇ ਆਸ ਪਾਸ। ਹਾਂਜੀ ਹਾਂਜੀ ਹਾਂਜੀ। ਉਦੋਂ ਕੀਤਾ? ਉਦੋਂ ਕਰ ਦਿੰਦੇ ਜੀ। ਉਦੋਂ ਕਰ ਦਿੰਦੇ ਹੋ? ਹਾਂਜੀ। ਤੇ ਡੋਜ਼ ਕਿੰਨਾ ਕੋਨੇ ਉਹਦੇ 'ਚ? ਇਹ ਜੀ ਲੀਟਰ 3 ਕਿੱਲਿਆਂ ਦਾ ਹੁੰਦਾ ਜੀ। ਲੀਟਰ 3 ਕਿੱਲੇ 'ਚ ਪਾਇਆ ਸੀਗਾ। ਤੇ ਹੁਣ ਇੱਕ ਚੀਜ਼, ਆਹ ਜਿਹੜੀ ਤੁਹਾਡੇ ਨਾਲ ਕਣਕ ਖੜੀ ਹੈ, ਇਹ ਕਣਕ ਤੇ ਇਹ ਕਣਕ ਦੇ ਵਿੱਚ ਟਾਈਮ ਕਿੰਨਾ ਦਿਨ ਦਾ ਫਰਕ ਹੈਗਾ ਬੀਜਾਈ ਦਾ? ਇਹ 2-3 ਦਿਨ ਪਹਿਲਾਂ ਬੀਜੀ ਹੈ ਜੀ ਆਪਣੀ। ਇਹ 2-3 ਦਿਨ ਪਹਿਲਾਂ ਦੀ ਬੀਜੀ ਹੋਈ ਹੈ? ਹਾਂਜੀ, ਆਪਣੀ ਬਾਅਦ 'ਚ ਬੀਜੀ ਹੈ। ਤਾਂ ਤੁਹਾਡੀ ਬਾਅਦ 'ਚ ਬੀਜੀ ਹੋਈ ਹੈ? ਅੱਛਾ। ਤੇ ਜੇ ਆਪਾਂ ਇਹ ਦੇਖਦੇ ਹਾਂ, ਆਹ ਦੇਖੋ ਇਹਦੀ ਲਗਭਗ 90% ਕਣਕ ਨਿਸਰੀ ਪਈ ਹੈ। ਨਿਸਰੀ ਪਈ ਹੈ। ਤੇ ਆਹ ਇਹਦੇ 'ਚ ਬੱਲੀ ਹੈ। ਹਾਂਜੀ। ਜੇ ਹੁਣ ਆਪਾਂ ਇਸ ਬੱਲੀ ਨੂੰ ਖੋਲ੍ਹ ਕੇ ਦੇਖਦੇ ਹਾਂ, ਲਗਭਗ ਆ ਦੇਖੋ ਇਹ ਚੀਜ਼ ਦੇਖੋ ਹੱਥ 'ਚ ਹੈ, ਔਰ ਇਹੋ ਜੀ ਟਾਈਮ ਦਾ ਇੱਕ ਬੱਲੀ ਆਪਣੇ ਇਹਦੇ 'ਚ ਕੱਢਦੇ ਹਾਂ ਆਪਾਂ, ਹੈ ਨਾ? ਇਹ ਵੀ ਉਹ ਜੀ ਹੈ ਜਿਹੜਾ ਤੁਸੀਂ ਮੈਨੂੰ ਕਿਹਾ ਨਾ ਕਿ ਉਹਦਾ ਫਰਕ ਨਜ਼ਰ ਆਉਣਾ ਚਾਹੀਦਾ। ਅਤੇ ਇਹ ਚੀਜ਼ਾਂ ਕਿੱਧਰ ਗਿਆ ਯਾਰ? ਸਾਈਜ਼ ਦੇਖੋ ਮਿਲ ਜਾਏ। ਆ ਹੈਗਾ, ਦਿਖਾ ਜੀ ਮੈਨੂੰ ਸੁਰਜੀਤ ਥੱਲੇ। ਟੁੱਟ ਰਹੀ ਹੈ। ਇਹਦੇ 'ਚ ਜੇ ਆਪਾਂ ਸ਼ੁਰੂਆਤ 'ਚ ਦੇਖੀਏ ਤਾਂ ਦੇਖੋ ਇੱਥੋਂ ਗਾਇਬ ਹੈਗਾ, ਹੈ ਨਾ? ਇਹ ਆਪਾਂ ਤੋੜ ਰਹੇ ਸੀ ਕੱਢਿਆ, ਅਤੇ ਇਹ ਥੱਲੇ ਤੋਂ ਹੀ ਭਰਾਓ ਪੂਰਾ ਬਰਾਬਰ ਮਿਲ ਰਿਹਾ। ਆਹ ਗਵਾਂਢੀਆਂ ਦੀ ਬੱਲੀ ਹੈ ਜੀ ਅਤੇ ਆਹ ਸਾਡੀ ਬੱਲੀ ਹੈ। ਆਹ ਇੱਕ ਚੀਜ਼ ਆਹ ਵੀ ਕੱਢੀ ਸੀਗੀ ਆਪਾਂ। ਹਾਂਜੀ ਹਾਂਜੀ। ਅਤੇ ਇਹਦੇ 'ਚ ਆਹ ਤੁਹਾਡੇ ਵਾਲੇ 'ਚ ਸੀਗੀ? ਹਾਂਜੀ ਹਾਂਜੀ। ਇਹ ਉੱਧਰ ਦੀ ਸੀਗੀ, ਲਗਭਗ ਇੱਕੋ ਸਾਈਜ਼ ਦੇਖੋ, ਲੰਬਾਈ ਦੇਖਣ 'ਚ ਇੱਕੋ ਜਿਹੀ ਲੱਗ ਰਹੀ ਹੈ, ਹੈ ਨਾ? ਪਰ ਇਹਦੇ 'ਚ ਦਾਣੇ ਦਾ ਭਰਾਓ ਜ਼ਿਆਦਾ ਤੁਹਾਡੇ ਵਾਲੇ 'ਚ। ਇਹਦਾ ਇਹ ਗੋਂਡੀਆਂ ਦੀ ਹੈ ਇਹ? ਹਾਂਜੀ ਹਾਂਜੀ, ਗਵਾਂਢੀਆਂ ਦੀ ਆਪਣੇ। ਅਤੇ ਆਪਣੇ ਵਾਲੀ ਇਹਦੇ ਨਾਲ ਵਾਲੀ ਆਹ ਸੀਗੀ? ਆਹ ਸੀ। ਅਤੇ ਇਹਦਾ ਦੇਖੋ। ਹਾਂਜੀ। ਜੇ ਇਹਨੂੰ ਸੁਰਜੀਤ ਆਪਾਂ ਇਕੱਠਾ ਕਰੀਏ, ਇੱਦਾਂ ਦਿਖਾਓ ਜੀ ਹੱਥਾਂ ਤੋਂ ਪਾਸੇ ਕਰਕੇ। ਆਹ ਦੇਖੋ ਇਹ ਬੱਲੀ ਦੇਖੋ, ਠੀਕ ਹੈ ਜੀ, ਹੈ ਨਾ? ਇਹ ਚਮਤਕਾਰ ਵਾਲੀ ਬੱਲੀ ਹੋਣੀ ਸੀ। ਚਮਤਕਾਰ ਵਾਲੀ ਬੱਲੀ ਹੈ, ਠੀਕ ਹੈ ਜੀ। ਸੰਦੀਪ ਇਹਨੂੰ ਫੜੋ। ਇਹ ਵਿਦਾਊਟ ਚਮਤਕਾਰ ਵਾਲੀ ਹੈ? ਇਹ ਵਿਦਾਊਟ ਚਮਤਕਾਰ ਦੀ ਹੈ, ਇਹ ਨਾਲ ਵਾਲੇ ਖੇਤ ਦੀ ਹੈ, ਠੀਕ ਹੈ। ਜਦਕਿ ਇਹ 2-3 ਦਿਨ ਪਹਿਲਾਂ ਦੀ ਕਣਕ ਬੀਜਾਈ ਹੈ, ਹੈ ਨਾ? ਇਹ ਹਾਈਟ ਵੀ ਦੇਖ ਲਓ ਆਪਣੀ ਕਣਕ ਨਾਲ ਵੱਡੀ ਹੈ ਜੀ। ਹਾਂ, ਇਹਦਾ ਇਹਦਾ ਕਲਰ ਦੇਖੋ। ਹਾਂ, ਇਹ ਹਾਈਟ ਜ਼ਿਆਦਾ ਹੈ, ਬੱਲੀ ਛੋਟੀ ਨਜ਼ਰ ਆ ਰਹੀ ਹੈ ਨਾ? ਹਾਂਜੀ, ਆਪਣੇ ਦੇ ਹਾਈਟ ਆਹ ਬੱਲੀ ਇਹਦੀ ਹਾਈਟ ਦੇਖੋ, ਤੇ ਇਹਦੀ ਆਹ ਦੇਖੋ ਜਿਵੇਂ ਇੱਕ ਬੱਲੀ ਬਾਹਰ ਨਿਕਲੀ ਹੋਈ ਹੈ। ਆਹ ਦੇਖੋ ਜੇ ਆਪਾਂ ਦੇਖੀਏ, ਦੇਖੋ ਇਹਦਾ ਭਰਾਓ ਦੇਖੋ ਪੂਰਾ ਪ੍ਰੋਪਰ, ਠੀਕ ਹੈ? ਹਾਂਜੀ ਹਾਂਜੀ ਪੂਰਾ। ਤੇ ਇਹਦਾ ਕਲਰ ਦੇਖੋ,
ਦੋ ਦਿਨ ਪਹਿਲਾਂ ਵੀ ਜਾਈ ਹੈ, ਦੋ ਦਿਨ ਬਾਅਦ ਵੀ ਹੈ, ਪਰ ਇਹ ਹਜੇ ਘੱਟ ਤੋਂ ਘੱਟ ਲੱਗਦਾ ਕਿ ਇੱਕ ਹਫ਼ਤਾ ਬਾਅਦ ਪੂਰੀ ਨਿਸਰ ਕੇ ਖੜੀ। ਔਰ ਇਹਦੇ 'ਚ ਕੁਛ ਨਿਸਰ ਰਹੀ ਹੈ, ਕੁਛ ਨਿਸਰ ਗਈ ਹੈ, ਔਰ ਇਹ ਸਾਰੀ ਇੱਕ ਸਾਰ ਨਿਸਰ ਰਹੀ ਹੈ। ਤੇ ਚਮਤਕਾਰ ਦਾ ਫਾਇਦਾ ਕੀ ਹੋ ਰਿਹਾ ਕਿ ਜਿਹੜੇ ਵਾਹਨ ਦੇ ਵਿੱਚ ਆਪਾਂ ਇਹਦੀ ਵਰਤੋਂ ਕਰ ਰਹੇ ਹਾਂ, ਇੱਕ ਤਾਂ ਇੱਕ ਸਾਰ ਨਿਸਰ ਰਹੀ ਹੈ, ਦੂਜੀ ਇਹਦੀ ਜਿਹੜੀ ਨਾੜ ਹੈ, ਆਹ ਦੇਖੋ ਇਹ ਨਾੜ ਦਾ ਮੋਟਾਈ ਜ਼ਿਆਦਾ ਹੈ, ਔਰ ਜਿਹੜਾ ਇਹ ਪੱਤਾ ਹੈ ਝੰਡਾ ਪੱਤਾ, ਇਹਦਾ ਗ੍ਰੀਨਨੈਸ ਜ਼ਿਆਦਾ ਹੈ, ਇਹਦੇ 'ਚ ਕਲੋਰੋਫਿਲ ਜ਼ਿਆਦਾ ਹੈ, ਜਿਹਦੇ ਕਰਕੇ ਜਿਹੜਾ ਭੋਜਨ ਜ਼ਿਆਦਾ ਸਾਰਾ ਦਾਣੇ 'ਚ ਬੱਲੀ 'ਚ ਜਾ ਰਿਹਾ, ਉਹ ਬੱਲੀ ਨਾਲ ਦਾਣਾ ਬਣੂਗਾ, ਔਰ ਲਗਭਗ 2-3-4 ਦਾਣਾ ਜ਼ਿਆਦਾ ਨਜ਼ਰ ਆ ਰਿਹਾ। ਅਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਚਮਤਕਾਰ ਕਰਦੇ ਹੋਏ? ਸਾਨੂੰ ਜੀ ਹੋ ਗਏ 3-4 ਸਾਲ ਕਰਦੇ। ਕੋਈ ਇਹੋ ਜਿਹਾ ਸਾਲ ਸੀਗਾ ਕਿ ਜੇ ਨਾ ਵਰਤੋਂ ਕੀਤੀ ਹੋਏ? ਸਾਲ ਜੀ ਮੈਨੂੰ ਕਣਕ ਚੰਗੀ ਲੱਗੀ ਅਤੇ ਮੈਂ ਦੇਖਣ 'ਚ, ਹਾਂਜੀ ਅੱਛਾ, ਅਤੇ ਮੈਂ ਵੀ ਵਰਤੋਂ ਕੀਤੀ ਨਹੀਂ ਇਹਦੀ ਜੀ। ਅੱਛਾ। ਅਤੇ ਜਦੋਂ ਕਣਕ ਵੱਢੀ ਅਤੇ ਕਣਕ ਸਾਡੀ 50 ਮਨ ਦੀ ਰਹਿ ਗਈ ਜੀ। ਅੱਛਾ। ਮੁੜ ਕੇ ਤੋਂ ਬਾਅਦ ਆਪਾਂ ਕਿਤੇ ਕੌਲ ਨਹੀਂ ਕੀਤਾ, ਮੌਕਾ ਨਹੀਂ ਦਿੱਤਾ ਦੁਬਾਰਾ, ਮੌਕਾ ਨਹੀਂ ਦਿੱਤਾ। ਐਵਰੇਜ ਕੀ ਮੰਨਦੇ ਹੋ ਉਸ ਸਾਲ ਤੁਹਾਨੂੰ ਕਿੰਨੇ ਮਨ ਦਾ ਘਾਟਾ ਪਿਆ ਕਿਲੇ ਮਗਰ? ਸਾਨੂੰ 10 ਮਨ ਦਾ ਘਾਟਾ ਹੀ ਪੈ ਗਿਆ ਜੀ, 10 ਮਨ ਦਾ, 62 ਮਨ ਦੀ ਕਣਕ ਹੋ ਜਾਂਦੀ ਹੈ ਅਤੇ ਸਾਡਾ ਸਾਰਾ। ਨਹੀਂ ਉਸ ਸਾਲ ਗੁਆਂਢੀਆਂ ਦਾ ਕਣਕ ਦਾ ਕਿੰਨੇ ਦੀ ਮੰਦੀ ਸੀਗੀ ਅਤੇ ਤੁਹਾਡੀ ਕਿੰਨੀ ਸੀ? ਬਸ ਗਵਾਂਢੀਆਂ ਦੀ ਵੀ ਸੀ 58-60 ਮਨ ਦੀ ਸੀਗੀ, ਮਤਲਬ 7-8 ਮਨ ਦਾ ਤੁਸੀਂ ਮੰਨ ਕੇ ਚੱਲਦੇ ਹੋ, ਮੇਰਾ ਘਾਟਾ ਹੋ ਗਿਆ, ਘਾਟਾ ਪੈ ਗਿਆ ਜੀ। ਇਸ ਤੋਂ ਬਾਅਦ ਆਪਾਂ ਘੋਲ ਨਹੀਂ ਕਰੀ ਜੀ, ਆਪਾਂ ਘੋਲ ਨਹੀਂ ਕੀਤੀ, ਨਹੀਂ ਕੀਤੀ। ਅਤੇ 2 ਚੀਜ਼ਾਂ ਧਿਆਨ ਰੱਖਣੀ ਹੈ, ਕਣਕ ਦੇ ਵਿੱਚ ਇਹਦੀ ਵਰਤੋਂ ਜਦੋਂ ਕਰਨੀ ਹੈ, ਇਹ ਲਗਭਗ 80 ਦਿਨਾਂ ਦੇ ਆਸ ਪਾਸ ਕਣਕ ਹੋਏ, ਬਗੋਲੇ 'ਚ ਆ ਗਈ ਹੋਏ, 80 ਤੋਂ ਲੈ ਕੇ 100 ਦਿਨ 105 ਦਿਨ ਦੇ ਵਿਚਾਰੇ ਕਰਨੀ ਹੈ। ਜਿੰਨਾ ਪਹਿਲਾਂ ਕਰਾਂਗੇ ਆਪਾਂ 95 ਦੇ ਦਿਨ ਤੋਂ, ਜਿੰਨਾ ਪਹਿਲਾਂ ਕਰਾਂਗੇ ਉਨਾ ਜ਼ਿਆਦਾ ਫਾਇਦਾ ਹੋਊਗਾ। ਡੋਜ਼ ਲੀਟਰ 3 ਕਿੱਲੇ 'ਚ, ਜੇ 187 ਹੈਗਾ ਤਾਂ ਲੀਟਰ 2.5 ਕਿੱਲੇ 'ਚ, ਨਾਲ ਇਹਦੇ 'ਚ ਫੰਜੀਸਾਈਡ ਜਿਹੜਾ ਹੈਗਾ, ਜਿਵੇਂ ਆਪਾਂ ਰੂਡੋ ਕਰਾ ਦਿੰਦੇ ਹਾਂ, ਇੱਕ ਨਵਾਂ ਟੈਕਨੀਕਲ ਦਿੱਤਾ ਆਪਾਂ, ਟਿਪਸੀ ਕਰ ਸਕਦੇ ਹਾਂ ਇਹਦੇ 'ਚ, ਕੋਈ ਵੀ ਇੱਕ ਦਵਾਈ ਇਹਦੇ ਨਾਲ ਕਰ ਸਕਦੇ ਹੋ, ਜਿਹਦੇ ਨਾਲ ਤੁਹਾਡਾ ਫਸਲ ਬਹੁਤ ਵਧੀਆ ਮਿਲੂਗੀ, ਰਿਜ਼ਲਟ ਬਹੁਤ ਅੱਛਾ ਮਿਲੂਗਾ। ਠੀਕ ਹੈ ਜੀ, ਓਕੇ। ਸੰਦੀਪ ਜੀ ਇੱਕ ਵਾਰ ਆਪਦਾ ਨਾਂ ਅਤੇ ਨੰਬਰ ਦੱਸਿਓ ਉਹਨਾਂ ਨੂੰ। ਮੇਰਾ ਨਾਂ ਸੰਦੀਪ ਹੈ ਜੀ, ਅਤੇ ਪਿੰਡ ਹਰੈਪੁਰ ਹੈ ਜੀ, ਨੰਬਰ ਮੇਰਾ 79-730-3478 ਹੈ ਜੀ। ਕਈ ਵਾਰ ਲੋਕ ਤੁਹਾਨੂੰ ਫੋਨ ਕਰਕੇ ਤੰਗ ਵੀ ਕਰਨਗੇ, ਨਾਰਾਜ਼ ਤਾਂ ਨਹੀਂ ਹੋਗੇ? ਨਹੀਂ ਨਹੀਂ ਨਹੀਂ, ਚੰਗੀ ਚੀਜ਼ ਦੇਣੀ ਚਾਹੀਦੀ, ਚੰਗੀ ਚੀਜ਼ ਆਪਾਂ ਸਾਰਿਆਂ ਨਾਲ ਵਿਚਾਰ ਕਰਾਂਗੇ, ਘੜਾ ਦੀ ਚਮਤਕਾਰ, ਚਮਤਕਾਰ ਘੜਾ, ਧੰਨਵਾਦ। ਠੀਕ ਹੈ ਜੀ, ਓਕੇ।